हाँ जी मेरे प्यारे दोस्तों, एक बार फिर तो तुहाडे सारयां दा स्वागत है तुहाडे अपने यूट्यूब चैनल दीप जॉब पोर्टल ते। सो मेरे प्यारे दोस्तों, जिमें कि तुहानू पता ही है कि 7 जनवरी यानी कि अज्ज दे दिन बहुत सारे कैंडीडेट पंजाब पुलिस कॉन्सटेबल PMT पास यानी कि फिजिकल पास सीगे जिहड़े मोहाली पहुँचे सीगे, ते बहुत ज़्यादा वधिया मात्रा च कैंडीडेट इकट्ठे हो गए सी उत्थे। ਅਤੇ ਉਹਨਾਂ ਨੇ ਗੁਰਪ੍ਰੀਤ ਦਿਓ IPS ਜਿਹੜੇ ਆਪਣੇ ਡਿਪਾਰਟਮੈਂਟ ਦੇ ਮੈਡਮ ਨੇ ਉਹਨਾਂ ਨੂੰ ਮਿਲਣਾ ਸੀਗਾ। ਅਤੇ ਦੋਸਤੋ, ਇੱਕ ਪੋਜ਼ਿਟਿਵ ਰਿਸਪੌਂਸ ਮਿਲਿਆ ਆਪਾਂ ਸਾਰਿਆਂ ਨੂੰ, ਬਹੁਤ ਵਧੀਆ, ਇੱਕ ਖੁਸ਼ੀ ਦੀ ਖਬਰ ਵੀ ਹੈ, ਠੀਕ ਹੈ। ਸੋ ਉਹ ਅਪਡੇਟ ਤੁਹਾਡੇ ਸਾਰਿਆਂ ਨਾਲ ਮੈਂ ਸਾਂਝਾ ਕਰੂੰਗਾ। ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ, ਠੀਕ ਹੈ, ਅਤੇ ਸ਼ੇਅਰ ਵੀ ਕਰ ਦਿਓ ਦੋਸਤੋ, ਠੀਕ ਹੈ। ਕਈ ਚੈਨਲ ਵਾਲੇ ਕੀ ਕਰਦੇ ਨੇ, ਫੇਕ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਂਦੇ ਨੇ, ਬਟ ਮੈਂ ਤੁਹਾਨੂੰ 100% ਅਥੈਂਟੀਕੇਟ ਜਿਹੜੀ ਜਾਣਕਾਰੀ ਪ੍ਰੋਵਾਈਡ ਕਰਵਾਉਂਦਾ ਹੁੰਦਾ ਹਰ ਵਾਰ ਦੀ ਤਰ੍ਹਾਂ, ਠੀਕ ਹੈ। ਇੱਕ ਵਾਰ ਤੁਹਾਨੂੰ ਅਪਡੇਟ ਦਿਖਾ ਦਈਏ ਆਪਾਂ ਦੋਸਤੋ, ਤੁਸੀਂ ਦੇਖ ਸਕਦੇ ਹੋ। ਜਿਵੇਂ ਤੁਹਾਨੂੰ ਪਤਾ ਹੀ ਹੈ ਦੋਸਤੋ, ਡਾਕੂਮੈਂਟ ਜਿਹੜੀ ਵੈਰੀਫਿਕੇਸ਼ਨ ਸੀਗੀ ਉਹ 3-4 ਜਨਵਰੀ ਤੱਕ ਚੱਲੀ ਹੈ, ਠੀਕ ਹੈ। ਜਿਵੇਂ ਹੁਣ ਆਪਾਂ ਨੂੰ, ਮੈਂ ਵੀਡੀਓ ਵੀ ਪਾਈਆਂ ਸੀ ਤੁਹਾਡੇ ਨਾਲ, ਸ਼ੇਅਰ ਕੀਤੀਆਂ ਸੀਗੀਆਂ ਕਿ ਜਿਹਨਾਂ ਨੂੰ ਕੈਂਡੀਡੇਟਸ ਨੂੰ ਮੇਲ ਆ ਰਹੀ ਸੀ ਬਾਇਓਮੈਟ੍ਰਿਕ ਦੀ, ਹੈ ਨਾ, ਤਾਂ ਸਿਸਟਮ ਖਰਾਬ ਕਰਕੇ 3-4 ਜਨਵਰੀ ਤੱਕ ਬਾਇਓਮੈਟ੍ਰਿਕ ਚੱਲੀ ਸੀਗੀ, ਠੀਕ ਹੈ। ਸੋ ਅੱਜ ਕੈਂਡੀਡੇਟ ਨੇ ਇਕੱਠੇ ਹੋ ਕੇ DGP ਆਫਿਸ ਗਏ ਸੀਗੇ ਅਤੇ ਉਹਨਾਂ ਨੂੰ ਪਤਾ ਲੱਗਿਆ, ਅਤੇ ਕਿਉਂਕਿ ਮਿਲਣਾ ਸੀਗਾ ਉਹਨਾਂ ਨੇ ਗੁਰਪ੍ਰੀਤ ਮੈਡਮ ਨੂੰ, ਅਤੇ ਕਿਸੇ ਕਾਰਨਾਂ ਕਰਕੇ ਉਹਨਾਂ ਨੂੰ ਮਿਲ ਨਹੀਂ ਹੋਇਆ, ਅਤੇ ਉਹ DGP ਦਫ਼ਤਰ ਪਹੁੰਚੇ ਅਤੇ ਉਹਨਾਂ ਨੇ ਇਕੱਠੇ ਹੋ ਕੇ ਇੱਕ ਮੰਗ ਪੱਤਰ ਉਹਨਾਂ ਨੂੰ ਫੜਾਇਆ, ਅਤੇ ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਜਿਹੜਾ ਇਹਦੀ ਮੈਰਿਟ ਲਿਸਟ ਆ ਪੰਜਾਬ ਪੁਲਿਸ ਕਾਂਸਟੇਬਲ ਦੀ, ਉਹ ਜਲਦ ਹੀ ਯਾਨੀ ਕਿ 1-2 ਦਿਨ ਦੇ ਵਿੱਚ, 2-3 ਦਿਨਾਂ ਦੇ ਵਿੱਚ ਫਾਈਨਲ ਜਿਹੜੀ ਰਿਜ਼ਲਟ ਮੈਰਿਟ ਵਾਈਜ਼ ਲਿਸਟ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇਗੀ, ਠੀਕ ਹੈ। ਸੋ ਬਹੁਤ ਵੱਡਾ ਦੋਸਤੋ ਪੋਜ਼ਿਟਿਵ ਰਿਸਪੌਂਸ ਮਿਲਿਆ। ਦੋਸਤੋ ਜਿਵੇਂ ਆਪਾਂ ਕਹਿ ਰਹੇ ਹੁੰਦੇ ਹਾਂ ਨਾ, ਇਕੱਠੇ ਹੋਣ ਵਾਲੀ ਕਹਿੰਦੇ ਟੋਕਰਾ ਜਿਹੜਾ ਭਾਰੀ ਹੋ ਜਾਂਦਾ ਹੁੰਦਾ, ਮਤਲਬ ਏਕਤਾ ਵਿੱਚ ਬਲ ਹੁੰਦਾ। ਸੋ ਅੱਜ ਜਿਹੜੇ ਕੈਂਡੀਡੇਟ ਉੱਥੇ ਪਹੁੰਚੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਠੀਕ ਹੈ। ਬਾਕੀ ਜਿਹੜੇ ਮੇਰੇ ਯੂਟਿਊਬ ਭਰਾ ਨੇ, ਮੈਂ ਚਾਹੁੰਦਾ ਕਿ ਇਸ ਟੋਪਿਕ 'ਤੇ ਵੀਡੀਓ ਬਣਾ ਕੇ ਸਾਰਿਆਂ ਨੂੰ ਪੋਜ਼ਿਟਿਵ ਜਿਹੜੀ ਆਪਣਾ ਪੋਜ਼ਿਟਿਵਿਟੀ ਸਪਰੈਡ ਕੀਤੀ ਜਾਵੇ, ਬਹੁਤ ਵਧੀਆ ਹੋਊਗਾ, ਠੀਕ ਹੈ। ਸੋ ਮੈਂ ਹੋਰਾਂ ਯੂਟਿਊਬ ਚੈਨਲ ਵਾਲਿਆਂ ਵੀ ਇਹੀ ਅਪੀਲ ਕਰੂੰਗਾ ਕਿ ਹਮੇਸ਼ਾ ਪੋਜ਼ਿਟਿਵ ਹੀ ਜਿਹੜੀ ਅਪਡੇਟ ਆ ਉਹਨੂੰ ਹੀ ਵਾਇਰਲ ਕੀਤਾ ਜਾਵੇ, ਠੀਕ ਹੈ। ਸੋ ਦੋਸਤੋ, ਜਿਹੜਾ ਰਿਜ਼ਲਟ ਹੈ ਉਹ ਤੁਹਾਡਾ 2-3 ਦਿਨਾਂ ਦੇ ਵਿੱਚ ਫਾਈਨਲ ਆ ਜਾਊਗਾ, ਠੀਕ ਹੈ ਜੀ। ਉਸ ਤੋਂ ਇਲਾਵਾ ਦੋਸਤੋ, ਇੱਕ ਇਹ ਸਕਰੀਨਸ਼ਾਟ ਵਾਇਰਲ ਹੋਇਆ ਸੀਗਾ ਗਰੁੱਪ ਦੇ ਵਿੱਚ, ਸੋਚਿਆ ਵੀ ਸ਼ੇਅਰ ਕੀਤਾ ਜਾਵੇ ਤੁਹਾਡੇ ਨਾਲ, ਠੀਕ ਹੈ। ਕੈਂਡੀਡੇਟ ਅੱਜ DGP ਦਫ਼ਤਰ ਵਿੱਚ ਮਿਲੇ ਸਿੱਧਾ, ਕਿਉਂਕਿ ਜਿਹੜੀ ਆਪਣੀ ਸਾਰਿਆਂ ਦੀ ਫਾਈਲ ਆ ਉਹ DGP ਦਫ਼ਤਰ ਵਿੱਚ ਪਹੁੰਚ ਚੁੱਕੀ ਆ, ਠੀਕ ਹੈ। ਉਸ ਤੋਂ ਬਾਅਦ ਹੁਣ ਵੈਰੀਫਿਕੇਸ਼ਨ ਲਈ ਇਹ ਗੁਰਪ੍ਰੀਤ ਦਿਓ ਮੈਡਮ ਕੋਲ ਜਾਣੀ ਹੈ, ਠੀਕ ਹੈ। ਉਹਨਾਂ ਨੇ ਜਦੋਂ ਅੱਗੇ ਸਾਈਨ ਕਰਤੀ ਤਾਂ ਨਾਲ ਦੀ ਨਾਲ ਹੀ ਜਿਹੜਾ ਸਾਰਾ ਪ੍ਰੋਸੀਜਰ ਇਹ ਸਾਰਾ ਅਪਡੇਟ ਤੁਹਾਡੀਆਂ ਆਪਣੀਆਂ ਸਾਰਿਆਂ ਦੀਆਂ ਜਿਹੜੀਆਂ ਵੈਬਸਾਈਟਾਂ ਨੇ ਉਹਨਾਂ ਨੂੰ ਉੱਪਰ ਆਪਣਾ ਮੈਰਿਟ ਲਿਸਟ ਵਾਈਜ਼ ਰਿਜ਼ਲਟ ਜਿਹੜਾ ਅਪਲੋਡ ਹੋ ਜਾਣਾ, ਠੀਕ ਹੈ। ਜਿਹੜੇ DGP ਨੇ ਦੋਸਤੋ ਉਹ ਹੈਗੇ ਨੇ ਚਟੋਪਾਧਿਆ ਨੇ ਆਪਣੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਇਹਨਾਂ ਬਾਰੇ। ਸੋ ਉਹਨਾਂ ਨੇ ਫਾਈਲ ਆਪਣੇ ਕੋਲ ਰੱਖ ਲਈ, ਸੋ ਪ੍ਰੋਸੈਸ ਕਰਨ ਨੂੰ 1-2 ਦਿਨ ਲੱਗੂਗਾ। 2-3 ਦਿਨ ਦੋਸਤੋ ਹੋਰ ਵੇਟ ਕਰੋ, ਜਿਹੜਾ ਰਿਜ਼ਲਟ ਹੈ ਜਿਹੜਾ ਅਪਡੇਟ ਆ ਉਹ ਸਾਰਿਆਂ ਦੇ ਸਾਹਮਣੇ, ਤੁਹਾਡੇ ਸਾਰਿਆਂ ਦੇ ਸਾਹਮਣੇ ਆਪਾਂ ਸ਼ੇਅਰ ਕਰਾਂਗੇ। ਬਾਕੀ ਜਦੋਂ ਵੀ ਕੋਈ ਅਪਡੇਟ ਆਉਂਦਾ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਪਰ ਜ਼ਰੂਰ ਪੋਸਟ ਕਰਦਾ ਹੁੰਦਾ। ਬਾਕੀ ਜੇ ਤੁਹਾਡੀ ਇਨਕੁਇਰੀਜ਼ ਹੁੰਦੀਆਂ ਨੇ ਮੈਨੂੰ ਇੰਸਟਾਗ੍ਰਾਮ ਦੇ ਉੱਪਰ, ਤੁਸੀਂ ਮੈਸੇਜ ਕਰ ਸਕਦੇ ਹੋ, ਅਤੇ ਟੈਲੀਗ੍ਰਾਮ ਦਾ ਲਿੰਕ ਵੀ ਨੀਚੇ ਦਿੱਤਾ ਗਿਆ। ਬਾਕੀ ਦੋਸਤੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਪੋਰਟ ਕਰ ਦਿਓ, ਠੀਕ ਹੈ। ਧੰਨਵਾਦ ਦੋਸਤੋ।